ਥੋੜ੍ਹਾ ਜਿਹਾ ਐਕਚੁਅਲੀ ਮੇਰੇ ਬੱਚੇ ਛੋਟੇ ਹੈਗੇ ਆ, ਮੇਰੀ ਦੋ ਗੁੱਡੀਆਂ ਨੇ, ਉਹ ਹੁਣ ਜਦੋਂ ਦਾ ਕਰੋਨਾ ਹੋਇਆ ਤਾਂ ਸਕੂਲ ਵਾਲਿਆਂ ਨੇ ਮਤਲਬ ਕਿ ਵੈਨ ਵਗੈਰਾ ਲਗਾਉਣੀ ਬੰਦ ਕਰਤੀ, ਉਹਨਾਂ ਨੇ ਘਰੋਂ ਪਿੱਕ ਕਰਨ ਦਾ ਡਰੋਪ ਕਰਨ ਦਾ ਸਿਸਟਮ ਥੋੜ੍ਹਾ ਮੁਸ਼ਕਿਲ ਹੋ ਗਿਆ ਸੀਗਾ। ਅਤੇ ਬੱਚਿਆਂ ਦੇ ਸਕੂਲ ਜਿੱਦਾਂ ਕਦੇ 9 ਵਜੇ ਸ਼ੁਰੂ ਹੋਏ, ਕਦੇ 9:30 ਸ਼ੁਰੂ ਹੋਏ, ਅਤੇ ਸਾਡੇ ਕੋਲ ਕੋਈ ਬੰਦਾ ਨਹੀਂ ਸੀਗਾ ਉਹਨਾਂ ਨੂੰ ਛੱਡਣ ਡਰੋਪ ਕਰਨ ਵਾਲਾ। ਹੁਣ ਜਿੱਦਾਂ ਹੀ ਆ 11 ਤਰੀਕ ਤੋਂ ਬਾਅਦ ਸਾਨੂੰ ਜਿੱਦਾਂ ਚਿੱਠੀਆਂ ਵਗੈਰਾ ਆਈਆਂ ਕਿ ਤੁਸੀਂ ਪੂਰੇ 8 ਵਜੇ ਪੂਰੇ ਪਹੁੰਚ ਜਾਓ, ਕਿਸੇ ਟਾਈਮ ਤੁਸੀਂ 2 ਵਜੇ ਤੋਂ ਪਹਿਲਾਂ ਜਾਣਾ ਨਹੀਂ ਹੈਗਾ। ਅਤੇ ਉਹਦੇ ਵਿੱਚ ਸਾਨੂੰ ਮੁਸ਼ਕਿਲ ਆ ਰਹੀ ਸੀ ਕਿ ਕਦੇ ਮੈਨੂੰ ਬੱਚਿਆਂ ਨੂੰ ਡਰੋਪ ਕਰਕੇ ਵੀ ਆਉਣਾ ਪੈਂਦਾ ਹੈ, ਕਿਸੇ ਟਾਈਮ 10-15 ਮਿੰਟ ਲੇਟ ਵੀ ਹੋ ਜਾਂਦੀ ਹੈ, ਕਿਸੇ ਟਾਈਮ ਬੱਚਿਆਂ ਨੂੰ ਪਿੱਕ ਕਰਨ ਦੇ ਲਈ ਜਲਦੀ ਨਿਕਲਣਾ ਵੀ ਪੈਂਦਾ ਵਾ। ਅਤੇ ਫਿਰ ਉਹ ਮੈਨੂੰ ਲੱਗਿਆ ਕਿ ਬਈ ਇੱਦਾਂ ਮੈਨੂੰ ਵੀ ਮੁਸ਼ਕਿਲ ਹੋਏਗੀ, ਬਈ ਮੈਂ ਸਰਕਾਰ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ, ਅਤੇ ਮੈਂ ਆਪਣੇ ਬੱਚਿਆਂ ਕਰਕੇ ਵੀ ਫਿਰ ਮੈਨੂੰ ਮੈਂ ਡਿਸੀਜਨ ਲਿਆ ਕਿ ਬਈ ਨਹੀਂ ਮੈਂ ਛੱਡ ਦਿੰਦੀ ਹਾਂ ਤਾਂ ਕਿ ਮੈਨੂੰ ਕੋਈ ਦਿੱਕਤ ਨਾ ਲੱਗੇ। ਦੂਸਰੀ ਗੱਲ ਜਿਹੜੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ, ਬਈ ਆਪਾਂ ਪੂਰੇ ਦਿਲ ਨਾਲ ਚਾਹੁੰਦੇ ਸੀ, ਕਿਉਂਕਿ ਕੇਜਰੀਵਾਲ ਸਾਹਿਬ ਕਾਫੀ ਐਜੂਕੇਟਡ ਔਰ ਅੱਛੇ ਮਿਨਿਸਟਰ ਰਹੇ ਨੇ, ਦਿੱਲੀ ਵਿੱਚ ਵੀ ਉਹਨਾਂ ਨੇ ਬਹੁਤ ਸੁਧਾਰ ਕੀਤੇ, ਆਪਾਂ ਸਾਰੇ ਉਹਨਾਂ ਦੇ ਨਾਲ ਹੀ ਹੈਗੇ ਹਾਂ। ਬਟ ਮੇਰੀ ਸਿਰਫ ਇਹ ਬੇਨਤੀ ਸੀਗੀ ਉਹਨਾਂ ਨੂੰ ਕਿ ਜਿੱਦਾਂ ਉਹਨਾਂ ਨੇ ਆਉਂਦਿਆਂ ਸਾਰੀ ਜਿੱਦਾਂ ਇਹ ਚਿੱਠੀਆਂ ਨਿਕਲੀਆਂ ਕਿ ਤੁਸੀਂ ਕੋਈ ਵੀ ਚੀਜ਼ ਬਾਹਰੋਂ ਲਿਖਣੀ ਨਹੀਂ, ਕੋਈ ਵੀ ਚੀਜ਼ ਬਾਹਰੋਂ ਨਹੀਂ ਕਰਨੀ, ਪੇਸ਼ੈਂਟ ਨਾਲ ਤਮੀਜ਼ ਨਾਲ ਗੱਲ ਕਰਨੀ ਹੈ, ਕਿਸੇ ਨੂੰ ਉੱਚਾ ਨਹੀਂ ਬੋਲਣਾ, ਕੋਈ ਚੀਜ਼ ਤੁਸੀਂ ਕਰ ਨਹੀਂ ਸਕਦੇ, ਤੁਸੀਂ ਪੇਸ਼ੈਂਟ ਰੈਫਰ ਨਹੀਂ ਕਰ ਸਕਦੇ। ਆਹ ਕਰਨ ਨਾਲੋਂ ਇੱਕ ਵਾਰ ਸਿਰਫ ਬੇਨਤੀ ਸੀਗੀ ਕਿ ਬਈ ਉਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਸੀ, ਐਜ਼ ਡਾਕਟਰਸ ਉਹ ਸਾਨੂੰ ਵੀ ਮਿਲਦੇ, ਜਿਹੜੇ ਸਿੱਧੇ ਜਾ ਕੇ ਪੇਸ਼ੈਂਟਾਂ ਨੂੰ ਕਹਿਣਾ ਕਿ ਨਹੀਂ ਤੁਹਾਡੇ ਨਾਲ ਕੋਈ ਉੱਚੀ ਆਵਾਜ਼ 'ਚ ਗੱਲ ਕਰੇ, ਤੁਸੀਂ ਸਾਨੂੰ ਕੰਪਲੇਂਟ ਕਰੋ। ਤੁਸੀਂ ਕਦੇ ਕਿਸੇ ਨੇ ਸੁਣਿਆ ਨਹੀਂ ਹੋਏਗਾ ਕਿ ਇੱਕ ਡਾਕਟਰ ਨੇ ਇੱਕ ਪੇਸ਼ੈਂਟ ਨੂੰ ਮਾਰਿਆ, ਬਟ ਕਈ ਵਾਰ ਇੱਦਾਂ ਹੁੰਦਾ ਹੈ ਕਿਸੇ ਹਸਪਤਾਲ 'ਚ ਕਿ ਪੇਸ਼ੈਂਟ ਅਗਰ ਆਪਣੀ ਪ੍ਰੋਬਲਮ ਦੇ ਨਾਲ, ਆਪ ਵੀ ਪੇਸ਼ੈਂਟ ਨੂੰ ਕੁਝ ਹੋ ਗਿਆ ਜਾਂ ਪੇਸ਼ੈਂਟ ਨੂੰ ਕੋਈ ਨੁਕਸਾਨ ਹੋ ਗਿਆ ਜਾਂ ਪੇਸ਼ੈਂਟ ਦੀ ਡੈਥ ਹੀ ਹੋ ਗਈ, ਡਾਕਟਰ ਤਾਂ ਆਪਣੇ ਵੱਲੋਂ ਚਾਹੁੰਦਾ ਹੀ ਹੈ ਕਿ ਉਹਨੂੰ ਬਚਾਏ, ਅਤੇ ਜੇਕਰ ਕੁਝ ਹੋ ਗਿਆ ਤਾਂ ਲੋਕ ਰੱਖ ਕੇ ਬਹਿ ਜਾਂਦੇ ਨੇ, ਬੋਡੀ ਰੱਖ ਕੇ ਬਹਿ ਜਾਂਦੇ ਨੇ, ਪੈਸੇ ਦੀ ਵੀ ਡਿਮਾਂਡ ਕਰਦੇ ਨੇ, ਡਾਕਟਰਾਂ ਨੂੰ ਮਾਰਨ ਕੁੱਟਣ 'ਤੇ ਵੀ ਆਉਂਦੇ ਨੇ, ਜਦਕਿ ਡਾਕਟਰ ਕਦੇ ਕਿਸੇ ਪੇਸ਼ੈਂਟ ਨੂੰ ਮਾਰਨ ਕੁੱਟਣ 'ਤੇ ਨਹੀਂ ਆਉਂਦਾ। ਅਤੇ ਮੈਂ ਬਸ ਇਹ ਚਾਹੁੰਦੀ ਸੀ ਪਰਸਨਲੀ ਕਿ ਬਈ ਇੱਕ ਵਾਰ ਡਾਕਟਰਾਂ ਨੂੰ ਵੀ ਆ ਕੇ ਮਿਲਿਆ ਜਾਂਦਾ, ਡਾਕਟਰ ਹੋ ਗਏ, ਸਕੂਲ ਟੀਚਰ ਹੋ ਗਏ ਜਾਂ ਆਪਣੇ ਕੋਈ ਵੀ ਸਰਕਾਰੀ ਮੁਲਾਜ਼ਮ ਹੋ ਗਏ, ਉਹਨਾਂ ਨੂੰ ਇਹ ਗੱਲ ਪੁੱਛੀ ਜਾਂਦੀ ਕਿ ਤੁਹਾਨੂੰ ਕੀ ਕਮੀਆਂ ਨੇ, ਤੁਹਾਨੂੰ ਕੀ ਨਹੀਂ ਹੈਗਾ, ਕਿਹੜੀ ਦਵਾਈਆਂ ਤੁਹਾਡੇ ਕੋਲ ਅੰਦਰ ਨਹੀਂ ਹੈਗੀਆਂ, ਕਿਹੜੀ ਤੁਹਾਡੇ ਕੋਲ ਅੰਦਰ ਪ੍ਰੋਬਲਮ ਆ ਰਹੀ ਹੈ, ਤੁਹਾਡੇ ਕੋਲ ਐਨੈਸਥੀਜ਼ੀਆ ਦੀ ਜਿੱਦਾਂ ਸਾਡੇ ਕੋਲ ਐਨੈਸਥੈਟਿਸ ਨਹੀਂ ਹੈਗਾ, ਹੈ ਨਾ, ਉਹ ਬਲੱਡ ਬੈਂਕ ਸਾਡੇ ਕੋਲ ਅੰਦਰ ਨਹੀਂ ਹੈਗਾ, ਬਹੁਤ ਸਾਰੀ ਚੀਜ਼ਾਂ ਦੀ ਸਾਨੂੰ ਪਰੇਸ਼ਾਨੀ ਆਉਂਦੀ ਹੈ। ਮੈਨੂੰ ਸਿਰਫ ਇਹ ਸੀਗਾ ਕਿ ਉਹ ਸਾਨੂੰ ਵੀ ਇੱਕ ਵਾਰ ਆ ਕੇ ਪੁੱਛਣ ਕਿ ਬਈ ਤੁਹਾਨੂੰ ਕੀ ਪਰੇਸ਼ਾਨੀ ਹੈ, ਮਤਲਬ ਤੁਹਾਡੇ ਕੋਲ ਕਿਹੜੀ ਦਵਾਈ ਨਹੀਂ ਹੈ, ਕਿਹੜਾ ਟੈਸਟ ਤੁਹਾਡੇ ਕੋਲ ਅੰਦਰ ਨਹੀਂ ਹੁੰਦਾ, ਕਿਹੜੀ ਤੁਹਾਨੂੰ ਐਨੈਸਥੀਜ਼ੀਆ ਦੀ ਦਿੱਕਤ ਹੈ ਜਾਂ ਵਾਰਡ ਦੀ ਵਿੱਚ ਕੋਈ ਦਿੱਕਤ ਹੈ ਜਾਂ ਬਲੱਡ ਬੈਂਕ ਨਹੀਂ ਹੈਗਾ, ਅਤੇ ਆਪਾਂ ਉਹ ਚੀਜ਼ ਪ੍ਰੋਵਾਈਡ ਕਰੀਏ। ਅਤੇ ਜੇ ਪ੍ਰੋਵਾਈਡ ਕਰਨ ਤੋਂ ਬਾਅਦ ਕੋਈ ਡਾਕਟਰ ਬਾਹਰ ਦਾ ਕੁਛ ਲਿਖਦਾ ਕਰਦਾ ਕੋਈ ਚੀਜ਼ ਹੁੰਦੀ, ਤਾਂ ਫਿਰ ਪ੍ਰੈਸ਼ਰ ਲੈਣਾ ਵੀ ਬਣਦਾ ਸੀਗਾ। ਪਰ ਇੱਕਦਮ ਬਗੈਰ ਜਾਣੇ ਬਿਨਾਂ ਕੋਈ ਚੀਜ਼ ਕੀਤੇ ਬਗੈਰ, ਮਤਲਬ ਇੱਦਾਂ ਮੇਰੇ ਨਾਲ ਤਾਂ ਖੈਰ ਕੁਛ ਵੀ ਨਹੀਂ ਇੱਥੇ ਹੋਇਆ, ਮੈਂ ਐਵੇਂ ਕਹਾਂ, ਮੈਨੂੰ ਅਜੇ ਮਾਨ ਨਾਲ ਹੀ ਰੱਖਿਆ ਗਿਆ। ਪਰ ਮੈਂ ਬਾਕੀ ਹਸਪਤਾਲਾਂ ਦੀਆਂ ਸਕੂਲਾਂ ਦੀਆਂ ਵੀਡੀਓਜ਼ ਦੇਖੀਆਂ, ਉਹ ਸਾਰੇ ਵੀਡੀਓਜ਼ ਵਿੱਚ ਕਈ ਪੇਸ਼ੈਂਟਾਂ ਨੂੰ ਜਿੱਦਾਂ ਮਤਲਬ ਕਈ ਡਾਕਟਰਾਂ ਨੂੰ ਬਹੁਤ ਬੋਲਿਆ ਗਿਆ, ਬਹੁਤ ਮਾੜਾ ਵੀ ਬੋਲਿਆ ਗਿਆ ਕਿ ਤੁਹਾਨੂੰ ਉੱਥੇ ਸੁੱਟ ਦਾਂਗੇ, ਤੁਹਾਡੀ ਟ੍ਰਾਂਸਫਰ ਉੱਥੇ ਕਰਾ ਦਾਂਗੇ। ਬਟ ਮੈਂ ਪੂਰੀ ਮਿਹਨਤ ਨਾਲ ਇੱਥੇ 7-8 ਸਾਲ ਜਿਹੜਾ ਕੰਮ ਕੀਤਾ, ਤੁਸੀਂ ਕਿਸੇ ਮੇਰੇ ਮਰੀਜ਼ ਨੂੰ ਪੁੱਛ ਲਓ, ਕਿਸੇ ਨੂੰ ਵੀ ਪੁੱਛ ਲਓ ਕਿ ਕੋਈ ਟੈਸਟ ਜਿਹੜਾ ਅੰਦਰ ਹੁੰਦਾ ਸੀ ਉਹ ਕਦੇ ਆਪਾਂ ਬਾਹਰੋਂ ਨਹੀਂ ਕਰਾਇਆ, ਕੋਈ ਦਵਾਈ ਜਿਹੜੀ ਅੰਦਰ ਮੌਜੂਦ ਸੀ ਉਹ ਆਪਾਂ ਕਦੇ ਬਾਹਰੋਂ ਨਹੀਂ ਲਿਖੀ, ਆਪਾਂ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ, ਕਿਸੇ ਪੇਸ਼ੈਂਟ ਤੋਂ ਕੋਈ ਪੈਸੇ ਨਹੀਂ ਲਏ ਕਦੇ, ਕੋਈ ਚੀਜ਼ ਗਲਤ ਨਹੀਂ ਕੀਤੀ। ਸਾਨੂੰ ਸਿਰਫ ਇਹ ਸੀਗਾ ਕਿ ਸਾਨੂੰ ਵੀ ਪੁੱਛਿਆ ਜਾਂਦਾ ਕਿ ਸਾਡੇ ਵਿੱਚ ਸਿਸਟਮ 'ਚ ਕੀ ਕਮੀਆਂ ਨੇ, ਉਹ ਪੂਰੀ ਕਰਕੇ ਫਿਰ ਇੱਕ ਵਾਰ ਬਾਕੀਆਂ ਨੂੰ ਕੀਤਾ ਜਾਂਦਾ। ਮਤਲਬ ਸਿੱਧੇ ਇਸ ਤਰ੍ਹਾਂ ਚਿੱਠੀਆਂ ਆ ਗਈਆਂ, ਉੱਚੀ ਆਵਾਜ਼ ਨਾਲ ਗੱਲ ਨਾ ਕਰਿਓ, ਪੂਰੇ ਡਾਟ 8 ਵਜੇ ਪਹੁੰਚ ਜਿਓ, 8:30 ਵਜੇ ਬਾਹਰ ਦਾ ਇੱਕ ਵੀ ਨਾ ਲਿਖਿਓ, ਬਾਹਰ ਦੀ ਇੱਕ ਵੀ ਦਵਾਈ ਨਾ ਦਿਓ। ਮੰਨ ਲਓ ਅਗਰ ਉਹ ਦਵਾਈਆਂ ਅੰਦਰ ਹੈ ਨਹੀਂ ਗਿਆ, ਤਾਂ ਪਹਿਲਾਂ ਪੂਰੀਆਂ ਤਾਂ ਕਰਨੀਆਂ ਹੈਗੀਆਂ ਨਾ, ਫਿਰ ਹੀ ਬੰਦਾ, ਮੰਨ ਲਓ ਬੰਦਾ ਸਾਲਟ ਹੀ ਲਿਖ ਦੇ, ਕੋਈ ਮੰਨ ਲਓ ਨਹੀਂ ਅੰਦਰ ਚੀਜ਼ ਮਿਲ ਰਹੀ, ਪੇਸ਼ੈਂਟ ਆਪਣੀ ਮਰਜ਼ੀ ਨਾਲ ਹੀ ਬਾਹਰੋਂ ਲੈ ਲੇ। ਫਿਰ ਇੱਦਾਂ ਦੇ ਵੀਡੀਓਜ਼ ਆਏ ਮੇਰੇ ਫੋਨ 'ਤੇ ਕਈਆਂ ਡਾਕਟਰਾਂ ਦੇ ਨਾਲ, ਉਹਨਾਂ ਦੇ ਨਾਲ ਜਿੱਦਾਂ ਸਕੂਲ ਦੀਆਂ ਟੀਚਰਾਂ ਹੋ ਗਈਆਂ, ਪੁਲਿਸ ਮੁਲਾਜ਼ਮਾਂ ਦੇ ਨਾਲ, ਕਿ ਉਹ ਵੀਡੀਓ ਦੇਖ ਕੇ ਹੀ ਮੈਂ ਡਰ ਗਈ। ਮੇਰੇ ਨਾਲ ਕਿਸੇ ਨੇ ਕੁਛ ਵੀ ਮਾੜਾ ਨਹੀਂ ਕੀਤਾ, ਮੇਰੇ ਨਾਲ ਪਿਆਰ ਨਾਲ ਹੀ ਬੋਲੇ, ਪਰ ਉਹ ਵੀਡੀਓ ਦੇਖ ਕੇ ਮੈਨੂੰ ਪਰਸਨਲੀ ਕਾਫੀ ਡਰ ਲੱਗਿਆ ਕਿ ਬਈ ਕੱਲ੍ਹ ਨੂੰ ਇਹੋ ਜਿਹੀ ਕੋਈ ਚੀਜ਼ ਮੇਰੇ ਅਗੇਂਸਟ ਹੋ ਜਾਏ, ਕੋਈ ਚੀਜ਼ ਅੰਦਰ ਨਾ ਹੋਵੇ ਔਰ ਮੈਂ ਕਰਵਾ ਦਾਂ ਔਰ ਹੋ ਜਾਏ, ਉਸ ਤੋਂ ਬਾਅਦ ਕੋਈ ਮੈਨੂੰ ਦਿੱਕਤ ਆ ਜਾਏ, ਮੇਰੇ ਅਗੇਂਸਟ ਕੋਈ ਕਹਿ ਦੇ ਆ ਕੇ, ਕੋਈ ਪਰੇਸ਼ਾਨੀ ਆ ਜਾਏ। ਫਿਰ ਮੈਨੂੰ ਲੱਗਿਆ ਕਿ ਇੱਕ ਤਾਂ ਥੋੜ੍ਹੇ ਛੋਟੇ ਬੱਚੇ ਵੀ ਨੇ ਮੇਰੇ, ਕਦੇ ਕਦੇ ਮੈਂ ਲੇਟ ਵੀ ਹੋ ਜਾਂਦੀ ਹਾਂ, ਤਾਂ ਫਿਰ ਮੈਨੂੰ ਹੁੰਦਾ ਕਿ ਬਈ ਠੀਕ ਹੈ, ਫਿਰ ਮਨ 'ਤੇ ਬਣਾਇਆ ਸੀ, ਅਤੇ ਫਿਰ ਮੈਂ ਕਿਹਾ ਚਲੋ। ਬਾਕੀ ਮੇਰੀ ਸਰਕਾਰ ਦੇ ਨਾਲ ਕੋਈ ਉਹਨੂੰ ਮੈਨੂੰ ਕੋਈ ਉਹ ਨਹੀਂ ਹੈਗੀ ਹੈ, ਮੈਨੂੰ ਕਿਸੇ ਨੇ ਕੋਈ ਪਰੇਸ਼ਾਨੀ ਨਹੀਂ ਦਿੱਤੀ।